ਆਜੋ ਆਜੋ ਲਾਹੌਰ ਦੀ ਸਵਾਰੀ ਬੈਠੋ ਛੇਤੀ ਕਰੋ ਛੇਤੀ ਸਿੰਧ ਦੇ ਪਰੇ ਹੋ ਜਾਓ ਹਾਂਜੀ ਕਿੰਨਾ ਕਿਰਾਇਆ ਲਾਹੌਰ ਹੀ ਜਾਣਾ ਨਹੀਂ ਸਿੰਧ ਵਾਲੀ ਪਿੱਛੇ ਬੋਲ ਲਾਹੌਰ ਹੀ ਜਾਣਾ ਆਏ ਸੀ ਇੱਥੇ ਟੈਕਸਲਾ ਮੋਹਨ ਬਾਈ ਦੇ ਕੋਲ ਰੋਟੀ ਛੋਟੀ ਖਾ ਲਈ ਸੀ ਮੋਹਨ ਬਾਈ ਦੇ ਨਾਲ ਅਤੇ ਆਪਣੇ ਦੂਸਰੇ ਬਾਈ ਵਸੀਮ ਬਾਈ ਵਸੀਮ ਬਾਈ ਜਿਹੜੇ ਸਾਨੂੰ ਲੈ ਕੇ ਆਏ ਆ ਖਾਨਪੁਰ ਡੈਮ 'ਤੇ ਅਸੀਂ ਤਿੰਨ ਹੀ ਹੈਗੇ ਅਤੇ ਹੁਣ ਇੱਥੋਂ ਕਰਾਂਗੇ ਜੈਟ ਸਾਰਾ ਕੁਛ ਦੇਖਦੇ ਹਾਂ ਕੀ ਕਰਦੇ ਹਾਂ ਤੁਸੀਂ ਨਾਲ ਵੇਖੀ ਜਾਓ Maybe that's why it felt so right Do I really need to spell it out for you? So why are you trying to hide your curiosity? When I know you call my name out in your sleep Tell me friend, can't you see? You're in love with me It's obvious we are that You admit that you want this Everybody knows it except for you When you're lying there on your deathbed You will regret you kept quiet Also not telling me straight up cool. So why are you trying to hide your curiosity When I know you call my name out in your sleep Tell me friend ਸਾਰਿਆਂ ਨੂੰ ਪਤਾ ਕਿ ਇਹ ਸੀਰੀਜ਼ ਚੱਲ ਰਹੀ ਸੀ ਆਪਣੀ ਐਕਸਪਲੋਰਿੰਗ ਪਾਕਿਸਤਾਨ ਦੀ ਸੋ ਇਹ ਹੁਣ ਤਕਰੀਬਨ ਕੰਪਲੀਟ ਹੋ ਗਈ ਲਾਸਟ ਐਪੀਸੋਡ ਰਹਿ ਗਿਆ ਸੀ ਜਿਹਦੀ ਮੈਂ ਐਂਡਿੰਗ ਨਹੀਂ ਕੀਤੀ ਸੀ ਅਤੇ ਨਾਲੇ ਸੀਰੀਜ਼ ਦੀ ਐਂਡਿੰਗ ਵੀ ਨਹੀਂ ਕੀਤੀ ਸੀ ਐਡੀਟਿੰਗ ਕਰ ਹੀ ਹੋਇਆ ਸੀਗੇ ਨਾਲ ਹੀ ਸ਼ੂਟ ਦਾ ਯਾਦ ਆ ਗਿਆ ਸੋ ਮੈਂ ਇਸ ਸੀਰੀਜ਼ ਦਾ ਇੱਥੇ ਐਂਡ ਕਰਦਾ ਅਤੇ ਮਜ਼ੀਦ ਨੈਕਸਟ ਸੀਰੀਜ਼ ਕਿਸੇ ਦੀ ਆਉਣੀ ਚਾਹੀਦੀ ਉਹ ਵੀ ਤੁਸੀਂ ਮੈਨੂੰ ਕਮੈਂਟ ਦੇ ਵਿੱਚ ਲਾਜ਼ਮੀ ਦੱਸ ਦੇਣਾ ਮੈਂ ਤਾਂ ਇੱਕ ਇੰਟਰਨੈਸ਼ਨਲ ਸੀਰੀਜ਼ ਪਲਾਨ ਕਰ ਰਿਹਾ ਵਾਂ ਜਿਹੜੀ ਕਿ ਜੂਨ ਦੇ ਵਿੱਚ ਨੈਕਸਟ ਮੰਥ ਦੇ ਸੋਰੀ ਜੁਲਾਈ ਦੇ ਵਿੱਚ ਜੂਨ 'ਤੇ ਚੱਲ ਹੀ ਰਿਹਾ ਜੁਲਾਈ ਦੇ ਵਿੱਚ ਨੈਕਸਟ ਮੰਥ ਦੇ ਵਿੱਚ ਸੋ ਦੇਖਾਂਗੇ ਨਾਲੇ ਮੈਂ ਦੂਸਰੇ ਚੈਨਲ ਦੀ ਸ਼ਰਟ ਪਾਈ ਹੈ ਜੇ ਕਿਸੇ ਨੂੰ ਨਹੀਂ ਪਤਾ ਇੱਧਰ ਫਸੇਗਾ ਪਾਕਿਸਤਾਨ ਇੱਧਰ ਵੀ ਜਾ ਕੇ ਸਬਸਕ੍ਰਾਈਬ ਕਰ ਦੇਣਾ ਇੰਸਟਾਗ੍ਰਾਮ 'ਤੇ ਜ਼ਰੂਰ ਫੋਲੋ ਕਰੋ ਜਿਨ੍ਹਾਂ ਨੇ ਨਹੀਂ ਫੋਲੋ ਕੀਤਾ ਉੱਥੇ ਤੁਹਾਡਾ ਫੋਲੋ ਕਰਨਾ ਬਣਦਾ ਹੈ ਕਿਉਂਕਿ ਤੁਹਾਨੂੰ ਅਪਡੇਟ ਪਹਿਲੀ ਮਿਲ ਜਾਂਦੀ ਹੈ ਇੱਥੇ ਮੈਂ ਵਲੋਗਸ ਬਾਅਦ 'ਚ ਅਪਲੋਡ ਕਰਦਾ ਵਾਂ ਕਿਉਂਕਿ ਐਡੀਟਿੰਗ ਕਰਨੀ ਹੁੰਦੀ ਹੈ ਟਾਈਮ ਲੱਗਦਾ ਐਡੀਟਿੰਗ 'ਤੇ ਇੰਸਟਾਗ੍ਰਾਮ 'ਤੇ ਤੁਹਾਨੂੰ ਪਹਿਲੀ ਪਤਾ ਚੱਲ ਜਾਂਦਾ ਕਿ ਮੈਂ ਕਿੱਥੇ ਕਿੱਥੇ ਫਿਰ ਰਿਹਾ ਸੋ ਆ ਜਾਓ ਇੰਸਟਾਗ੍ਰਾਮ 'ਤੇ ਵੀ ਫੋਲੋ ਕਰ ਲਓ ਅਤੇ ਨਾਲੇ ਸਿਨਮੈਟਿਕ ਸੀਨ ਜਿਹੜੇ ਹੁੰਦੇ ਆ ਰੀਲਸ ਉਹਨਾਂ ਦੇ ਵੇਖੋ ਮਿਲਦੇ ਹਾਂ ਨੈਕਸਟ ਸੀਰੀਜ਼ ਦੇ ਵਿੱਚ ਰੱਬ ਰੱਬ